5 ਲੱਖ ਦਾ ਡਰੋਨ ਸੀ, ਉਸ ਨੂੰ ਪਤੰਗ ਦੇ ਨਾਲ ਹੀ ਏਟਾ ਡੇਗ ਲਿਆ। ਜਿਹੜਾ ਡਰੋਨ ਡਿੱਗਿਆ, ਡਰੋਨ ਤੇ ਦੇਖੋ ਸਾਡੇ ਜਵਾਨ ਜਿਹੜੇ ਹਨ ਉਹ ਆਪਣੀ ਖੁਸ਼ੀ ਦੇ ਨਾਲ ਹੀ ਪਤੰਗਾਂ ਚੜਾ ਰਹੇ ਸਨ। ਉਹ ਜਿਹੜੀਆਂ ਪਤੰਗਾਂ ਚੜਾ ਰਹੇ ਸਨ ਉਹਦੇ ਨਾਲ ਜਦੋਂ ਡਰੋਨ ਬਾਰ ਬਾਰ ਆ ਰਿਹਾ ਸੀ ਤੇ ਉਹ ਜਵਾਨ ਨੇ ਕੀ ਕੀਤਾ ਵੀ ਡਰੋਨ ਆਪਣੇ ਕਿਨਾਰੇ ਦਾ ਉਹ ਡਰੋਨ ਵਾਲੇ ਪਾਸੇ ਨੂੰ ਪਤੰਗ ਕੀਤੀ, ਉਹਦੇ ਵਿੱਚ ਡੋਰ ਅੜ ਕੇ 5 ਲੱਖ ਦਾ ਡਰੋਨ ਜਿਹੜਾ ਇੱਕ 10 ਰੁਪਏ ਦੀ ਪਤੰਗ ਦੇ ਨਾਲ ਥੱਲੇ ਸੁੱਟ ਲਿਆ। ਅਸੀਂ ਵਾਰ ਵਾਰ ਮੋਦੀ ਸਾਹਿਬ ਨੂੰ ਇਹ ਬੇਨਤੀ ਕਰਦੇ ਹਾਂ ਵੀ ਇਹ ਆਪਣੇ ਬਸਿੰਦਿਆਂ ਦੇ ਉੱਤੇ ਇੰਨਾ ਕਹਿਰ ਨਾ ਕਰੇ। ਉਹਦੇ ਬਸਿੰਦੇ ਨੇ ਆਹਾਂ ਨੂੰ ਵੋਟਾਂ ਪਾ ਕੇ ਜਿਤਾਇਆ ਏ, ਜਿਹੜਾ ਇਹਨੇ ਹਿੰਦੁਸਤਾਨ ਪਾਕਿਸਤਾਨ ਬਣਾਇਆ ਏ ਬਹੁਤ ਮਾੜਾ ਬਣਾਇਆ ਵੀ ਆਉਣ ਵਾਲਾ ਮੋਦੀ ਸਮਾਂ ਬੜਾ ਮਾੜਾ ਏ। ਸਾਡੇ ਹੀ ਭਰਾ ਅਗਲੇ ਪਾਸੇ ਡਿਊਟੀ 'ਤੇ ਬੈਠੇ ਨੇ, ਉਹ ਕੋਈ ਸਾਡੇ ਦੁਸ਼ਮਣ ਨਹੀਂ ਗੇ, ਪਰ ਸਾਨੂੰ ਨਾ ਲੜਾ, ਸਾਨੂੰ ਨਾ ਪੁੱਜ ਮਰਵਾ, ਕਿਉਂਕਿ ਜਦੋਂ ਆਹਾਂ ਅੱਗੇ ਵਧਣਾ ਤੇ ਉਹਨਾਂ ਨੇ ਫਾਇਰਿੰਗ ਕਰਨੀ ਏ, ਕਿਉਂਕਿ ਤੂੰ ਪੱਕੀਆਂ ਗੋਲੀਆਂ ਚਲਾਣ ਡਿਆ ਏ, ਬਹੁਤ ਮਾੜਾ ਕਰਨ ਡਿਆ ਏ, ਆਪਣੇ ਭਰਾਵਾਂ ਨੂੰ ਭਰਾਵਾਂ ਦੇ ਨਾਲ ਮਰਵਾ ਰਿਹਾ। ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਰੋਜ਼ਾਨਾ ਟਾਈਮ ਤੇ, ਮੈਂ ਅਰਜਿੰਦਰ ਭੱਟ ਛੰਭੂ ਬੈਰੀਅਲ ਤੇ ਮੌਜੂਦ ਆ। ਤੁਸੀਂ ਦੇਖ ਸਕਦੇ ਹੋ ਕਿ ਹਾਲਾਤ ਛੰਭੂ ਬੈਰੀਅਲ ਦੇ ਉੱਤੇ ਲਗਾਤਾਰ ਅੱਥਰੂ ਗੈਸ ਦੇ ਗੋਲੇ ਵਰਾਏ ਜਾ ਰਹੇ ਨੇ ਕਿਸਾਨਾਂ ਦੇ ਉੱਤੇ, ਤੇ ਕਿਸਾਨਾਂ ਵੱਲੋਂ ਵੀ ਜਿੱਥੇ ਕਿ ਅੱਜ ਬਸੰਤ ਪੰਚਮੀ ਦੇ ਤਿਉਹਾਰ ਦੇ ਮੌਕੇ ਤੇ ਜਿਹੜਾ ਡਰੋਨ ਸੀ, 5 ਲੱਖ ਦਾ ਡਰੋਨ ਸੀ, ਉਸ ਨੂੰ ਪਤੰਗ ਦੇ ਨਾਲ ਹੀ ਏਟਾ ਡੇਗ ਲਿਆ ਗਿਆ। ਗੱਲਬਾਤ ਕਰਾਂਗੇ, ਸਾਡੇ ਨਾਲ ਕਿਸਾਨ ਆਗੂ ਮੌਜੂਦ ਨੇ। ਹਾਂਜੀ ਭਾਜੀ, ਅੱਥਰੂ ਗੈਸ ਦੇ ਗੋਲੇ ਵਰਾਏ ਜਾ ਰਹੇ ਨੇ ਡਰੋਨ ਰਾਹੀਂ, ਜਿਹੜਾ ਡਰੋਨ ਡਿੱਗਿਆ, ਡਰੋਨ ਤੇ ਦੇਖੋ ਸਾਡੇ ਜਵਾਨ ਜਿਹੜੇ ਹਨ ਉਹ ਆਪਣੀ ਖੁਸ਼ੀ ਦੇ ਨਾਲ ਹੀ ਪਤੰਗਾਂ ਚੜਾ ਰਹੇ ਸਨ। ਉਹ ਜਿਹੜੀਆਂ ਪਤੰਗਾਂ ਚੜਾ ਰਹੇ ਸਨ ਉਹਦੇ ਨਾਲ ਜਦੋਂ ਡਰੋਨ ਬਾਰ ਬਾਰ ਆ ਰਿਹਾ ਸੀ ਤੇ ਉਹ ਜਵਾਨ ਨੇ ਕੀ ਕੀਤਾ ਵੀ ਡਰੋਨ ਆਪਣੇ ਕਿਨਾਰੇ ਦਾ ਉਹ ਡਰੋਨ ਵਾਲੇ ਪਾਸੇ ਨੂੰ ਪਤੰਗ ਕੀਤੀ, ਉਹਦੇ ਵਿੱਚ ਡੋਰ ਅੜ ਕੇ 5 ਲੱਖ ਦਾ ਡਰੋਨ ਜਿਹੜਾ ਇੱਕ 10 ਰੁਪਏ ਦੀ ਪਤੰਗ ਦੇ ਨਾਲ ਥੱਲੇ ਸੁੱਟ ਲਿਆ। ਅਸੀਂ ਵਾਰ ਵਾਰ ਮੋਦੀ ਸਾਹਿਬ ਨੂੰ ਇਹ ਬੇਨਤੀ ਕਰਦੇ ਹਾਂ ਵੀ ਇਹ ਆਪਣੇ ਬਸਿੰਦਿਆਂ ਦੇ ਉੱਤੇ ਇੰਨਾ ਕਹਿਰ ਨਾ ਕਰੇ, ਕਿਉਂਕਿ ਉਹਦੇ ਹੀ ਬਸਿੰਦੇ ਨੇ ਆਹਾਂ ਨੂੰ ਵੋਟਾਂ ਪਾ ਕੇ ਜਿਤਾਇਆ ਏ, ਜਿਹੜਾ ਇਹਨੇ ਹਿੰਦੁਸਤਾਨ ਪਾਕਿਸਤਾਨ ਬਣਾਇਆ ਏ ਬਹੁਤ ਮਾੜਾ ਬਣਾਇਆ। ਇਸ ਤੋਂ ਅੱਗੇ ਵੀ ਅਸੀਂ ਬੇਨਤੀ ਕਰਦੇ ਹਾਂ ਵੀ ਆਉਣ ਵਾਲਾ ਮੋਦੀ ਸਮਾਂ ਬੜਾ ਮਾੜਾ ਏ। ਸਾਡੇ ਹੀ ਭਰਾ ਅਗਲੇ ਪਾਸੇ ਡਿਊਟੀ 'ਤੇ ਬੈਠੇ ਨੇ, ਉਹ ਕੋਈ ਸਾਡੇ ਦੁਸ਼ਮਣ ਨਹੀਂ ਗੇ, ਪਰ ਸਾਨੂੰ ਨਾ ਲੜਾ, ਸਾਨੂੰ ਨਾ ਪੁੱਜ ਮਰਵਾ। ਜੋ ਕਿਸਾਨਾਂ ਦੇ ਹੈਗੇ ਨੇ ਮੰਗਾਂ ਨੇ ਉਹ ਮੰਗਾਂ ਨੂੰ ਪੂਰੀਆਂ ਕਰ, ਅਸੀਂ ਖੁਸ਼ੀ ਖੁਸ਼ੀ ਆਪਣੇ ਘਰ ਜਾਈਏ। ਕੀ ਕਹਿਣਾ ਚਾਹੁੰਦੇ, ਜੇ ਕ੍ਰੋਸ ਹੋਊਗਾ ਤਾਂ ਕੀ ਨੁਕਸਾਨ ਹੋ ਸਕਦਾ? ਜਦੋਂ ਇੱਥੋਂ ਕ੍ਰਾਸ ਹੋਊਗਾ, ਮੰਨ ਲਓ ਸਾਡੀ ਮੀਟਿੰਗ ਫਿਰ ਟੁੱਟ ਜਾਂਦੀ ਹੈ, ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਅਸੀਂ ਪ੍ਰਣ ਕੀਤਾ ਵੀ ਅਸੀਂ ਦਿੱਲੀ ਜਾਵਾਂਗੇ, ਕਿਉਂਕਿ ਪਿਛਾਂ ਹਟਣ ਵਾਲੇ ਹਨ ਹੀ ਨਾ ਪਿਛਾਂ ਹਟਾਂਗੇ। ਇਹ ਹੈਗਾ ਵੀ ਮੋਦੀ ਨੂੰ ਜੇ ਸਾਡੀਆਂ ਜਾਨਾਂ ਦੀ ਲੋੜ ਏ, ਉਹ ਜਾਨਾਂ ਦੇਣ ਵਾਸਤੇ ਸਾਰੇ ਜਿਹੜੇ ਯੋਧੇ ਨੇ ਆਏ ਨੇ, ਇਹ ਤਿਆਰ ਨੇ ਬਿਲਕੁਲ। ਅਤੇ ਮੈਂ ਹੀ ਤਾਂ ਇਹ ਬੇਨਤੀ ਕਰਾਂਗੇ ਵੀ ਇਹਨਾਂ ਨੂੰ ਕਿਤੇ ਬਾਰਡਰ 'ਤੇ ਵਰਤ, ਕਿਸੇ ਦੂਸਰੇ ਦੇਸ਼ ਦੇ ਬਾਰਡਰ 'ਤੇ ਵਰਤ, ਇਹਨਾਂ ਨੂੰ ਆਪਣੇ ਹੀ ਦੇਸ਼ ਦੇ ਵਿੱਚ ਕਿਉਂ ਮਰਵਾ ਰਿਹਾ ਇੱਕ ਦੂਜੇ ਦੇ ਨਾਲ ਰਲਾ ਕੇ? ਅਸੀਂ ਬੇਨਤੀ ਕਰਦੇ ਹਾਂ ਵੀ ਜਦੋਂ ਤੂੰ ਹੁਣ ਵੀ ਇਹ ਮੰਗਾਂ ਨਾ ਮੰਨੀਆਂ, ਮੀਟਿੰਗ ਜੇ ਟੁੱਟ ਗਈ ਤਾਂ ਬੜਾ ਵੱਡਾ ਮੋਦੀ ਸਾਹਿਬ ਨੁਕਸਾਨ ਹੋਣਾ ਸਾਡਾ ਦੋਨਾਂ ਭਰਾਵਾਂ ਦਾ ਏ। ਅੱਗੇ ਵੀ ਸਾਡੇ ਭਰਾ ਨੇ, ਇੱਧਰ ਵੀ ਸਾਡੇ ਭਰਾ ਨੇ, ਕਿਉਂਕਿ ਜਦੋਂ ਆਹਾਂ ਅੱਗੇ ਵਧਣਾ
ਤੇ ਉਹਨਾਂ ਨੇ ਫਾਇਰਿੰਗ ਕਰਨੀ ਹੈ ਕਿਉਂਕਿ ਤੂੰ ਪੱਕੀਆਂ ਗੋਲੀਆਂ ਚਲਾਣ ਡਿਆ ਏ, ਬਹੁਤ ਮਾੜਾ ਕਰਨ ਡਿਆ ਏ, ਆਪਣੇ ਭਰਾਵਾਂ ਨੂੰ ਭਰਾਵਾਂ ਦੇ ਨਾਲ ਮਰਵਾ ਰਿਹਾ, ਇਹ ਨੁਕਸਾਨ ਬੜਾ ਵੱਡਾ ਹੋਣਾ ਈ। ਹੱਥ ਜੋੜ ਕੇ ਤੇਰੇ ਅੱਗੇ ਬੇਨਤੀ ਹੈ ਵੀ ਇਹਨਾਂ ਕਿਸਾਨਾਂ ਦੀਆਂ ਮੰਗਾਂ ਨੂੰ ਪ੍ਰਵਾਨ ਕਰ ਤੇ ਇਹਨਾਂ ਨੂੰ ਖੁਸ਼ੀ ਖੁਸ਼ੀ ਨਾਲ ਵਾਪਸ ਭੇਜ, ਨਾ ਖੂਨ ਡੋਲ ਇੱਥੇ। ਕਿਸਾਨਾਂ ਨੇ ਕਿਹਾ ਕਿ ਜਿਹੜਾ ਕਿ ਵੱਡਾ ਨੁਕਸਾਨ ਹੋਵੇਗਾ। ਦੂਜੇ ਪਾਸੇ ਕਿਸਾਨਾਂ ਨੇ ਅਪੀਲ ਵੀ ਕੀਤੀ ਹੈ ਕਿ ਜਿਹੜੇ ਕਿ ਕਿਸਾਨਾਂ ਦੀਆਂ ਮੰਗਾਂ ਉਹਨਾਂ ਨੂੰ ਹੱਲ ਕੀਤਾ ਜਾਵੇ ਤਾਂ ਜੋ ਕਿਸਾਨ ਸੁੱਖ ਸ਼ਾਂਤੀ ਆਪਣੇ ਘਰ ਪਹੁੰਚ ਸਕਣ। ਬਾਬਾ ਜੀ ਕੀ ਨਾਮ ਆ? ਬਾਬਾ ਲਾਲ ਸਿੰਘ, ਪਿੰਡ ਕੁਸੇਲ, ਜ਼ਿਲ੍ਹਾ ਤਰਨ ਤਾਰਨ। ਬਾਬਾ ਜੀ ਕਿੱਥੋਂ ਆਏ ਹੋ? ਜ਼ਿਲ੍ਹਾ ਤਰਨ ਤਾਰਨ, ਪਿੰਡ ਕੁਸੇਲ। ਕੀ ਕਹਿਣਾ ਚਾਹੁੰਦੇ ਹੋ? ਕਹਿਣਾ ਕੀ ਚਾਹੁੰਦੇ ਹਾਂ ਵੀ ਤੁਸੀਂ ਵੇਖ ਹੀ ਰਹੇ, ਵੇਖ ਲਓ ਵੀ ਉਹ ਹਰਿਆਣੇ ਦੀ ਸਰਕਾਰ ਜਿਹੜੀ ਉਹ ਪੰਜਾਬ ਵਿੱਚ ਬੰਬ ਮਾਰ ਰਹੀ ਆ। ਇੱਕ ਜਿਹੜੇ ਪੰਜਾਬ ਦੇ ਲੋਕ ਮਨਪਸੰਦ ਆਪਣਾ ਰਹਿਣਾ ਚਾਹੁੰਦੇ ਆ, ਇੱਕ ਨੰਬਰ ਦੇ ਨਾਗਰਿਕ ਰਹਿਣਾ ਚਾਹੁੰਦੇ, ਬਣਨਾ ਚਾਹੁੰਦੇ ਆ, ਉਹ ਸਰਕਾਰ ਬਣਨਾ ਦੇਣਾ ਚਾਹੁੰਦੀ। ਇਹ ਜਿਹੜਾ ਅੰਦੋਲਨ ਹੈ ਇਕੱਲੇ ਪੰਜਾਬ ਦਾ ਨਹੀਂ, ਸਾਰੇ ਭਾਰਤ ਦਾ ਅੰਦੋਲਨ ਆ। ਅਤੇ ਸਿਰਫ ਸਿੱਖ ਜਿਹੜੇ ਉਹਨਾਂ ਨੂੰ ਲੜਕਦੇ ਆ ਵੀ ਇਹਨਾਂ ਨੇ ਕਰਨਾ ਜੋ ਕਰਨਾ, ਕਿਉਂਕਿ ਸਾਨੂੰ ਰੋਕਿਆ ਜਾ ਰਿਹਾ। ਅਸੀਂ ਇਹ ਜਿਹੜਾ ਅੰਦੋਲਨ ਆ ਇਹਦੇ ਵਿੱਚ ਦਿੱਲੀ ਪਹੁੰਚਣਾ ਹੈ ਕਿ ਸਰਕਾਰ ਕੋਲ ਅੱਜ ਮੀਟਿੰਗ ਚੱਲ ਰਹੀ ਆ, ਤਾਂ ਮੀਟਿੰਗ ਵਿੱਚ ਇਹੀ ਉਹਨਾਂ ਨੂੰ ਪਹਿਲਾਂ ਇੱਕ ਮੁੱਦਾ ਰੱਖਿਆ ਵੀ ਜਿਹੜੇ ਤੁਸੀਂ ਸਾਡੇ ਪੰਜਾਬ ਵਿੱਚ ਬੰਬ ਮਾਰ ਰਹੇ ਜੇ ਜਾਂ ਸਾਡੇ ਦੱਸੂ ਕੈਸ ਮਾਰ ਰਹੇ ਜੇ, ਪਹਿਲਾਂ ਇਹ ਬੰਦ ਕਰੋ, ਬਾਅਦ ਤੁਹਾਡੇ ਨਾਲ ਮੀਟਿੰਗ ਜਿਹੜੀ ਚੱਲੇਗੀ ਉਹ ਬਾਅਦ ਚੱਲੇਗੀ। ਹੁਣ ਸਾਨੂੰ ਭੰਦੇੜ ਸਾਹਿਬ ਕਹੇ ਗਏ ਨੇ ਵੀ ਤੁਸੀਂ 5 ਤੋਂ ਮੀਟਿੰਗ ਸ਼ੁਰੂ ਆ, ਹੁਣ ਸੰਜਮਾ ਵਰਤ ਰਿਹਾ, ਜਦੋਂ ਮੀਟਿੰਗ ਜੋ ਵੀ ਅੱਗੇ ਆਰਡਰ ਆਏਗਾ ਇਹ ਕੋਈ ਵੱਡੀ ਗੱਲ ਨਹੀਂ, ਜਦੋਂ ਆਗੂਆਂ ਦਾ ਆਰਡਰ ਹੋ ਗਿਆ ਉਸੇ ਵੇਲੇ ਆਪਾਂ ਦਿੱਲੀ ਪਹੁੰਚਾਂਗੇ। ਕਿਸਾਨ ਮਿੱਥ ਕੇ ਬੈਠੇ ਨੇ, ਛੰਭੂ ਬੈਰੀਅਲ ਟੱਪ ਕੇ ਹੀ ਰਹਾਂਗੇ ਅਤੇ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਜਾ ਬੈਠਾਂਗੇ।